ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਖਬਰ ਪੰਜਾਬ ਤੋਂ ਜਿੱਥੇ 17 ਬੱਚੇ ਅਚਾਨਕ ਇਹ ਚੀਜ਼ ਖਾਣ ਦੇ ਨਾਲ ਹੋਏ ਬਿਮਾਰ ਪਈਆਂ ਭਾਜੜਾ ਮੱਚੀ ਆਹ ਹਾਕਰ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਵਾਤੋਵਾਦ ਸ਼ੇਅਰ ਕਰਨਾ ਨਾ ਭੁੱਲਿਓ ਬੱਚਿਆਂ ਦੇ ਨਾਲ ਵਾਪਰਨ ਵਾਲੇ ਹਾਦਸੇ ਨੂੰ ਸੁਣਦੇ ਹੀ ਮਾਪਿਆਂ ਦੇ ਦਿਲ ਤੇ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਾ ਵੱਧ ਜਾਂਦੀ ਹੈ ਪੰਜਾਬ ਦੇ ਵਿੱਚ 17 ਬੱਚਿਆਂ ਦੇ ਅਚਾਨਕ ਇੱਕ ਚੀਜ਼ ਖਾਣ ਨਾਲ ਬਿਮਾਰ ਹੋਣ ਤੇ ਭਜੜਾ ਪੈ ਗਈਆਂ ਤੇ ਹਾਹਾਕਾਰ ਮਚ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਅਦੀਨ ਆਉਂਦੇ ਪਿੰਡ ਰੈਲ ਮਾਜਰਾ ਤੋਂ ਸਾਹਮਣੇ ਆਈ ਹੈ ਜਿੱਥੇ 17 ਬੱਚਿਆਂ ਦੀ ਹਾਲਤ ਗੰਭੀਰ ਹੋਣ ਦੇ ਨਾਲ ਉਹਨਾਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇੰਨਾ ਸਾਰੇ ਬੱਚਿਆਂ ਦੀ ਉਮਰ 6 ਤੋਂ 7 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਆ ਇਹ ਸਾਰੇ ਬੱਚਿਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ ਕਿਉਂਕਿ ਇਨ੍ਹਾਂ ਬੱਚਿਆਂ ਨੂੰ ਉਲਟੀਆਂ ਅਤੇ ਦਸਤ ਲੱਗੇ ਹਨ ਇਨ੍ਹਾਂ ਦੇ ਨਾਮ ਨੇ ਜੀ ਸਿਮਰਨ ਖੁਸ਼ੀ ਵਿਸ਼ਵ ਵੰਦਨਾ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਬਾਕੀ ਬੱਚਿਆਂ ਦੀ ਹਾਲਤ ਦੇ ਵਿੱਚ ਸੁਧਾਰ ਹੋਣ ਤੇ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਇਹ ਸਾਰੇ ਬੱਚੇ ਸਕੂਲੀ ਵਿਦਿਆਰਥੀ ਹਨ ਇਨ੍ਹਾਂ ਬੱਚਿਆਂ ਦੀ ਹਾਲਤ ਕਿਸੇ ਦਰਖਤ ਦੇ ਫਲਖਾਨ ਪਿੱਛੋਂ ਗੰਭੀਰ ਹੋਈ ਆ ਇਹਨਾਂ ਬੱਚਿਆਂ ਨੂੰ ਅਹੀਂ ਪਤਾ ਸੀ ਕਿ ਉਹਨਾਂ ਨੇ ਕਿਹੜੇ ਦਰਖਤ ਦੇ ਫਲ ਖਾਦੇ ਹਨ ਇਹ ਘਟਨਾ ਪਿੰਡ ਰੈਲ ਮਾਜਰਾ ਦੇ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਵਾਪਰੀ ਜਿੱਥੇ ਫਲ ਖਾਨ ਦੇ ਪਿੱਛੋਂ ਬੱਚਿਆਂ ਦੀ ਹਾਲਤ ਗੰਭੀਰ ਹੋ ਗਈ ਜਿੱਥੇ ਬੱਚਿਆਂ ਨੂੰ ਦਸਤ ਉਲਟੀਆਂ ਲੱਗ ਗਈਆਂ ਜਿਨ੍ਹਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪਿਆ ਟੋਟਲ 6 ਤੋਂ 7 ਸਾਲ ਦੀ ਉਮਰ ਦੇ ਬੱਚੇ ਸੀ ਸੋ ਬਾਹਰ ਖੇਡ ਰਹੇ ਸੀ 17 ਬੱਚੇ ਸੀ ਕਿਸੇ ਦਰਖਤ ਤੋਂ ਇਹਨਾਂ ਨੇ ਫਲ ਤੋੜ ਕੇ ਖਾਦੇ ਆ ਸੋ 17 ਦੇ 17 ਬਿਮਾਰ ਹੋ ਗਏ ਨੇ ਸੋ ਵਿੱਚੋਂ ਕੁਝ ਦੀ ਹਾਲਤ ਗੰਭੀਰਾ ਕੁਝ ਨੂੰ ਛੁੱਟੀ ਦੇ ਦਿੱਤੀ ਗਈ ਆ ਸੋ ਉਹਨਾਂ ਨੂੰ ਵੀ ਜਲਦੀ ਜੜੀ ਛੁੱਟੀ ਮਿਲ ਜਾਵੇਗੀ ਪਰ ਦੋਸਤੋ ਬੱਚਿਆਂ ਨੂੰ ਬਾਹਰ ਦੇ ਅਣਜਾਣ ਪੁਣੇ ਵਾਲੇ ਫਲ ਖਾਣ ਤੋਂ ਪਰਹੇਜ਼ ਕਰਵਾਓ ਧੰਨਵਾਦ